ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਤੇ ਸਿੰਘ ਐਂਡ ਸਿੰਘ ਲਾਅ ਪੀਐਲਸੀ ਹਰ ਥਰਸਡੇ ਨੂੰ ਇਸ ਸ਼ੋਅ ਦੇ ਤਹਿਤ ਤੁਹਾਨੂੰ ਹਰ ਲੀਗਲ ਮੈਟਰ ਦੇ ਉੱਤੇ ਐਡਵਾਈਸ ਦੇਣ ਦੀ ਕੋਸ਼ਿਸ਼ ਜਿਹੜੀ ਹੈ ਅਟਾਰਨੀ ਰਮਨਦੀਪ ਅਤੇ ਅਟਾਰਨੀ ਹਰਪ੍ਰੀਤ ਵੱਲੋਂ ਕੀਤੀ ਜਾਂਦੀ ਹੈ ਔਰ ਪੰਜਾਬੀਆਂ ਦੇ ਸਿਆਸੀ ਗੜ ਤੋਂ ਇਹ ਜਿਹੜਾ ਆਫਿਸ ਹੈਗਾ ਆਲ ਓਵਰ ਅਮਰੀਕਾ ਦੇ ਵਿੱਚ ਆਪਣੀ ਸਰਵਿਸਿਜ਼ ਦਿੰਦਾ ਹੈ ਭਾਵੇਂ ਤੁਸੀਂ ਵੈਸਟ ਕੋਸਟ ਮਿਡ ਵੈਸਟ ਜਾਂ ਫਿਰ ਈਸਟ ਕੋਸਟ ਦੇ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੋ ਕੋਈ ਵੀ ਤੁਹਾਡਾ ਲੀਗਲ ਮਸਲਾ ਹੈਗਾ ਤਾਂ ਤੁਸੀਂ ਸਿੰਘ ਐਂਡ ਸਿੰਘ ਲਾਅ ਦੀ ਇਸ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ ਆਓ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਇਹਨਾਂ ਦੇ ਆਫਿਸ ਜਿੱਥੇ ਸਾਡੇ ਨਾਲ ਮੌਜੂਦ ਹਨ ਅਟਾਰਨੀ ਰਮਨਦੀਪ ਅਤੇ ਅਟਾਰਨੀ ਹਰਪ੍ਰੀਤ ਦੋਵਾਂ ਦਾ ਮੈਂ ਸਵਾਗਤ ਕਰਦਾ ਇਨ ਦਿਸ ਸ਼ੋਅ ਲੀਗਲ ਮੈਟਰਸ ਵਿਦ ਸਿੰਘ ਐਂਡ ਸਿੰਘ ਲਾਅ ਪੀਐਲਐਲਸੀ ਹਾਊ ਆਰ ਯੂ ਅਟਾਰਨੀ ਰਮਨਦੀਪ ਐਂਡ ਹਾਊ ਆਰ ਯੂ ਅਟਾਰਨੀ ਹਰਪ੍ਰੀਤ ਗੁੱਡ ਗੁੱਡ ਟੂ ਸੀ ਯੂ ਹਰਪ੍ਰੀਤ ਥੈਂਕ ਯੂ So Attorney Ramandeep would love to know what's happening in immigration or ki kuch updates jehdiyan nikal ke samne aa rahi han Sure so apa kafi weeks to monitor kar rahe han ek congress de vich jehda bill aa budget reconciliation bill jehda va and us time craft ho rya va congress de vich and ude chu latest jehdi update eh aayi aa ki kafi immigration related ude ch material aa ਸੋ ਜਿੱਦਾਂ ਮੇਨ ਉਹਦੇ 'ਚ ਜਿਹੜੀਆਂ ਚੀਜ਼ਾਂ ਵਾ ਇੱਕ ਜਿਹੜੇ ਡਾਕਾ ਰਿਸਿਪੀਐਂਟਸ ਹੈ ਉਹਨਾਂ ਲਈ ਪੈਥਵੇ ਟੂ ਪਰਮਨੈਂਟ ਰੈਜ਼ੀਡੈਂਸੀ ਬਣਾਇਆ ਵਾ ਸੇਮ ਥਿੰਗ ਜਿਹੜੇ ਟੀ ਪੀ ਐੱਸ ਹੋਲਡਰ ਆ ਉਹਨਾਂ ਲਈ ਵੀ ਪੈਥਵੇ ਬਣਾਇਆ ਵਾ ਐਂਡ ਬਾਕੀ ਜਿਹੜੇ ਫਰੰਟ ਲਾਈਨ ਐਮਰਜੈਂਸੀ ਵਰਕਰ ਸੀਗੇ ਕੋਵਿਡ ਦੇ ਥਰੂ ਉਹਨਾਂ ਲਈ ਵੀ ਗ੍ਰੀਨ ਕਾਰਡ ਦਾ ਪੈਥਵੇ ਬਣਾਇਆ ਵਾ ਐਂਡ ਈਚ ਕੈਟਾਗੋਰੀ ਦੀ ਬੇਸਿਕਲੀ ਜਿਹੜੀ ਆ ਡਿਫਰੈਂਟ ਪੇਮੈਂਟ ਆ ਜਿਹੜੀ ਸੀਆਈਐਸ ਨੂੰ ਕਰਨੀ ਪਊਗੀ ਐਂਡ ਤੁਸੀਂ ਰੈਜ਼ੀਡੈਂਸੀ ਰਿਕੁਆਇਰਮੈਂਟਸ ਆ ਜਿਹੜੇ ਉਹ ਵੀ ਮੀਟ ਕਰਨੇ ਪੈਣਗੇ ਤੁਹਾਨੂੰ ਐਂਡ ਦੈਨ ਉਹਦੇ ਥਰੂ ਤੁਸੀਂ ਪੈਥਵੇ ਟੂ ਰੈਜ਼ੀਡੈਂਸੀ ਪਰਸੂ ਕਰ ਸਕਦੇ ਹੋ ਸੋ ਇਸ ਟਾਈਮ ਇਹ ਪ੍ਰਪੋਜ਼ਲ ਆ ਜਿਹੜਾ ਕਾਂਗਰਸ ਦੇ ਵਿੱਚ ਆ ਇੱਕ ਸੈਨੇਟ ਨੇ ਵੀ ਆਪਣਾ ਵਰਜ਼ਨ ਜਿਹੜਾ ਵਾ ਕ੍ਰੈਫਟ ਕਰਨਾ ਵਾ ਐਂਡ ਐਂਡ ਤੇ ਮਿਲਾ ਕੇ ਇੱਕ ਬਿੱਲ ਬਣੂਗਾ ਜਿਹੜਾ ਅਗਰ ਪਾਸ ਹੋ ਗਿਆ ਆਈ ਥਿੰਕ ਉਹਦੇ 'ਚ ਕਾਫੀ ਇਮੀਗ੍ਰੇਸ਼ਨ ਰਿਲੇਟਿਡ ਜਿਹੜਾ ਵਾ ਹੈਲਪ ਮਿਲੂਗੀ ਆਪਣੇ ਜਿੰਨੇ ਵੀ ਵਿਊਅਰਸ ਆ ਉਹਨਾਂ ਨੂੰ ਬਿਲਕੁਲ ਸੋ ਇਹ ਤਾਂ ਹੋ ਗਈ ਇਮੀਗ੍ਰੇਸ਼ਨ ਦੀ ਗੱਲ ਅਟਾਰਨੀ ਰਮਨਦੀਪ ਅਟਾਰਨੀ ਹਰਪ੍ਰੀਤ ਜਿਹੜੇ ਵੀਜ਼ਾਸ ਦੀ ਕੈਟਾਗਰੀ ਹੈ ਉਹਦੇ ਵਿੱਚ ਕੀ ਕੁਝ ਅਪਡੇਟ ਹੈ ਹਾਂਜੀ ਅਕਤੂਬਰ ਦੇ ਡੇਟਸ ਆਏ ਆ ਉਹ ਮੈਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਦਾ ਸੋ ਬੇਸਿਕਲੀ ਜਿਹੜੀ ਫਰਸਟ ਕੈਟਾਗਰੀ ਆ ਅਨਮੈਰਿਡ ਸਨਸ ਐਂਡ ਡਾਟਰਸ ਆਫ ਯੂ ਐਸ ਸਿਟੀਜ਼ਨ ਹੁਣ ਚੱਲ ਰਹੀ ਹੈ ਦਸੰਬਰ 1st 2014 ਜੇ ਕਿਸੇ ਦੀ ਉਹ ਪ੍ਰਾਇਓਰਟੀ ਡੇਟ ਉਹਦੇ ਜਿੱਦਾਂ ਪਹਿਲਾਂ ਵਾ ਜਾਂ ਉਹ ਡੇਟ 'ਤੇ ਆ ਦੈਨ ਦੇ ਦੇਅਰ ਰਿਲੇਟਿਵ ਸ਼ੁੱਡ ਬੀ ਰਿਸੀਵਿੰਗ ਸਮ ਸੋਰਟ ਆਫ ਨੋਟੀਫਿਕੇਸ਼ਨ ਫੋਰ ਇੰਟਰਵਿਊ ਸੈਕਿੰਡ ਜਿਹੜੀ ਕੈਟਾਗੋਰੀ ਹੈ ਐਫ ਟੂ ਏ ਸਪਾਊਸ ਐਂਡ ਚਿਲਡਰਨ ਆਫ ਪਰਮਨੈਂਟ ਰੈਜ਼ੀਡੈਂਟ ਉਹ ਕਰੰਟ ਆ ਮਤਲਬ ਕਿ ਇਟ ਸ਼ੁੱਡ ਬੀ ਸਕੈਡਿਊਲਡ ਐਟ ਸਮ ਪੁਆਇੰਟ ਥਰਡ ਕੈਟਾਗੋਰੀ ਐਫ ਟੂ ਬੀ ਅਨਮੈਰਿਡ ਸਨਸ ਐਂਡ ਡਾਟਰਸ ਹੂ ਆਰ 21 ਈਅਰਸ ਔਰ ਓਲਡਰ ਹੁਣ ਚੱਲ ਰਿਹਾ ਸਪਟੈਂਬਰ 22nd 2015 ਥਰਡ ਕੈਟਾਗੋਰੀ ਮੈਰਿਡ ਸਨਸ ਐਂਡ ਡਾਟਰਸ ਆਫ ਯੂ ਐਸ ਸਿਟੀਜ਼ਨਸ ਇਹ ਚੱਲ ਰਿਹਾ ਨਵੰਬਰ 22nd 2008 ਐਂਡ ਲਾਸਟਲੀ ਜਿਹੜੇ ਬ੍ਰਦਰ ਐਂਡ ਸਿਸਟਰ ਆ ਅਡੋਲਟ ਯੂ ਐਸ ਸਿਟੀਜ਼ਨਸ ਦੇ ਚੱਲ ਰਿਹਾ ਸਪਟੈਂਬਰ 15 2005 ਠੀਕ ਹੈ ਜੀ ਸੋ ਜੇਕਰ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਜਿਹੜੇ ਆਪਣੇ ਪੁੱਛਣੇ ਆਪਣੇ ਕੇਸ ਦੇ ਨਾਲ ਰਿਲੇਟਡ ਸੋ ਯੂ ਕੈਨ ਕਾਲ 9294605070 ਅਟਾਰਨੀ ਰਮਨਦੀਪ ਅਟਾਰਨੀ ਹਰਪ੍ਰੀਤ ਹੋਰਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਆਪਣੀ ਕੋਈ ਵੀ ਲੀਗਲ ਮੈਟਰ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੋ ਹੁਣ ਅਸੀਂ ਚੱਲਦੇ ਹਾਂ ਜੀ ਆਪਣੇ ਦਰਸ਼ਕਾਂ ਦੇ ਸਵਾਲਾਂ ਦੇ ਵੱਲ ਸਾਡੇ ਦਰਸ਼ਕ ਜਿਹੜੇ ਨੇ ਉਹ ਈਮੇਲਸ ਉਹਨਾਂ ਨੇ ਬਕਾਇਦਾ ਸਾਨੂੰ ਭੇਜੀਆਂ ਹਨ ਔਰ ਉਹ ਪੁੱਛਣਾ ਚਾਹੁੰਦੇ ਹਨ ਪਹਿਲੇ ਸਾਡੇ ਜਿਹੜੇ ਦਰਸ਼ਕ ਹਨ ਸਿਮਰਜੀਤ ਸਿੰਘ ਉਹਨਾਂ ਦਾ ਸਵਾਲ ਹੈ ਜੀ ਕਿ ਮੈਂ ਅਗਰ ਅਸਾਈਲਮ ਕੇਸ ਵਿਨ ਕਰ ਲੈਣਾ ਕਿ ਮੈਂ ਟਰੈਵਲ ਕਰ ਸਕਦਾ ਆਪਣੇ ਗ੍ਰੀਨ ਕਾਰਡ ਦੀ ਮੈਂ ਵੇਟ ਵੀ ਕਰ ਰਿਹਾ ਜੀ ਸੋ ਦੇਰ ਇਜ਼ ਅ ਪ੍ਰੋਵੀਜ਼ਨ ਫੋਰ ਦੈਟ ਬੇਸਿਕਲੀ ਇੱਕ ਡਾਕੂਮੈਂਟ ਆ ਜਿਹੜਾ ਤੁਹਾਨੂੰ ਅਪਲਾਈ ਕਰਨਾ ਪੈਂਦਾ ਵਾ ਟਰੈਵਲ ਡਾਕੂਮੈਂਟ ਜਿਹਨੂੰ ਕਹਿੰਦੇ ਆ ਐਂਡ ਅਗਰ ਉਹ ਟਰੈਵਲ ਡਾਕੂਮੈਂਟ ਤੁਹਾਨੂੰ ਮਿਲ ਜਾਂਦਾ ਵਾ ਦੈਨ ਤੁਸੀਂ ਡੈਫੀਨੇਟਲੀ ਟਰੈਵਲ ਕਰ ਸਕਦੇ ਹੋ ਐਂਡ ਕਾਫੀ ਕੰਟਰੀਜ਼ ਜਿੱਦਾਂ ਓਪਨ ਆ ਟਰੈਵਲ ਡਾਕੂਮੈਂਟ ਦੇ ਨਾਲ ਪਰ ਜਿਹੜੀ ਮੇਨ ਇੱਕ ਗੱਲ ਆ ਕਿ ਤੁਸੀਂ ਜਿਹੜੀ ਕੰਟਰੀ ਤੋਂ ਅਸਾਈਲਮ ਤੁਸੀਂ ਕਲੇਮ ਕਰ ਰਹੇ ਹੋ ਕਿ ਮੇਰੀ ਪਰਸੀਕਿਊਸ਼ਨ ਹੋ ਰਹੀ ਸੀ ਇਸ ਕੰਟਰੀ 'ਚ ਮੇਕ ਸ਼ੋਰ ਕਿ ਤੁਸੀਂ ਉਸ ਕੰਟਰੀ 'ਚ ਨਹੀਂ ਜਾ ਸਕਦੇ ਜਿੰਨੀ ਦੇਰ ਬੇਸਿਕਲੀ ਤੁਹਾਡਾ ਸਿਟੀਜ਼ਨ ਨਹੀਂ ਤੁਸੀਂ ਬਣ ਜਾਂਦੇ ਉਨੀ ਦੇਰ ਉਸ ਕੰਟਰੀ 'ਚ ਜਾਣਾ
ਲਾਈਕ ਡੇਂਜਰਸ ਹੈ ਤੁਹਾਡੇ ਲਈ ਕਿਉਂਕਿ ਤੁਸੀਂ ਬੇਸਿਕਲੀ ਕਹਿ ਰਹੇ ਹੋ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਕਿ ਮੈਨੂੰ ਖਤਰਾ ਵਾ ਉਸ ਕੰਟਰੀ 'ਚ. So you have to be careful, don't travel back to your home country with the travel document. So je vistar de vich gal kariye jekar india to koi aaya hega aur unne file kiti hai aur case bhi win kar lenda, so tusi keh rahe ho ki wapas mud to india jana unna de layi theek nahi hovega ji, because tusi basically jede american immigration jedi authority hai unnu tusi keh rahe ho ki mainu india to khatra hai, right? So agar tusi during the case tusi india jande ho, basically tusi establish kar rahe ho ki tenu khatra nahi ga india, so that obviously that case te asar penda va us gal da. Par main eh mera personal main kai lokan nu milya jinna ne asylum file kiti hui hai, oh india jande ne te fir oh wapas bhi mud to itthe aa jande ne, unna de kol green card bhi hega asylum de through, unna nu green card milya siga, but now they are easily traveling to india and they coming back, oh ki procedure hega? I don't think they're traveling directly to India. So I don't know kis tarike nal ja rahe hai, kedi route via ja rahe hai, whether Nepal de through ja rahe hai or something, but it's not advisable to travel to the country. Okay, basically tusi ek passe tusi keh rahe ho sanu khatra va us country to, ek passe tusi travel kar rahe ho, so jadon tusi wapas aunde ho tenu airport te rok ke is bare question kar sakde hai. Theek hai. सो अपना असी नैक्सट सवाल दे वल चलते हैं जी. जसप्रीत सिंह होर ने भेजे, मैनू कई साल हो गए अमेरिका दे विच, कि मैं हुणे भी असाइलम फाइल कर सकदा? सो तुसी कर सकदे असाइलम फाइल, यूजली द रूल इज कि जो तुसी अमेरिका एंटर करदे हो विद इन 1 ईयर तुहानू असाइलम लई अप्लाई करना पैंदा, पर जे सरकमस्टेंसेस चेंज होण यू नो तुहानू ਹੁਣ ਖਤਰਾ ਵਾ ਤੁਹਾਡੀ ਕੰਟਰੀ ਤੋਂ ਪਹਿਲਾਂ ਨਹੀਂ ਸੀਗਾ, ਤੁਸੀਂ ਉਹ ਹਾਈਲਾਈਟ ਕਰ ਸਕਦੇ ਹੋ, ਪਰ ਇਟ ਇਜ਼ ਮਚ ਮੋਰ ਡਿਫਿਕਲਟ, ਬਹੁਤ ਡਿਫਿਕਲਟ ਹੁੰਦਾ 1 ਈਅਰ ਤੋਂ ਬਾਅਦ ਅਪਲਾਈ ਕਰਨਾ ਵਰਸਸ 1 ਈਅਰ ਦੇ ਵਿੱਚ ਅਪਲਾਈ ਕਰਨਾ. ਸਾਡੇ ਇੱਕ ਹੋਰ ਵੀਅਰ ਨੇ ਸਿਮਰਨ ਕੌਰ, ਉਹਨਾਂ ਨੇ ਪੁੱਛਿਆ ਜੀ ਮੈਂ ਵਾਇਲੈਂਸ ਅਗੇਂਸਟ ਵੂਮਨ ਐਕਟ ਵਾਵਾ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹਾਂ. So it thoda clarify kar diya apa, even though na ida va violence against women act, it actually applies to men and women, so both men and women ide under protection seek kar sakde ha. And basically agar tusi America de vich ho, and usually in marriage cases tusi dekhde ho tada spouse hai, chahe tadi husband hai, tada wife hai, then abuse kar rahe hai, then tusi protections kar sakde ho under wawa, then I-360 jada petition file karna penda, and agar oh prove ho janda va, then down the road tusi adjustment kar sakde ho. So basically apne spouse to bina tusi apna case jada agge vada sakde ho, and inhane you know basically it's created ke jede victims of violence de wo is gal ch na they don't have to stay in the marriage jedi marriage jo abuse ho rahe hai basically. So but actually marriage to bhi broader hai, whole relationship bhi cover hundi hai, but in most cases marriage de vich bilkul. So eh te legal advice hogi, par main personal taur te ek zarur advice de dewa ki relationship jehde ne oh bahut aukhe bande ne, jekar tuhanu lagda hai ki tusi difficulties tuhanu aa rahi han, te koshish karya karo ki aapas de vich pehla ohnu resolve kita ja sake, us to baad jehda hega tuhanu ja ke kithe legal advice di lod pae, par ਘਰ ਦੇ ਮਸਲੇ ਜੇ ਘਰ ਦੇ ਵਿੱਚ ਸੁਲਝ ਜਾਣ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਵਧੀਆ ਕੋਈ ਰੀਸ ਨਹੀਂ ਹੈਗੀ. ਜੇਕਰ ਤੁਹਾਨੂੰ ਲੱਗਦਾ ਕਿ ਹੁਣ ਹੱਦ ਪਾਰ ਹੋ ਗਈ ਹੈ, ਤਾਂ ਫਿਰ ਤੁਹਾਡੇ ਕੋਲ ਨੰਬਰ ਹੈਗਾ 9294605070, ਜਿੱਥੇ ਤੁਸੀਂ ਕਾਲ ਕਰਕੇ ਐਡਵਾਈਸ ਵੀ ਲੈ ਸਕਦੇ ਹੋ. ਔਰ ਜਿਹੜਾ ਇਹ ਵੂਮੈਨ ਵਾਇਲੈਂਸ ਅਗੇਂਸਟ ਵੂਮੈਨ ਐਕਟ ਹੈਗਾ, ਇਹਦੇ ਤਹਿਤ ਤੁਸੀਂ ਜਿਹੜਾ ਹੈਗਾ ਆਪਣੀ ਕੇਸ ਆਪਣੀ ਪਟੀਸ਼ਨ ਜਿਹੜੀ ਹੈ ਫਾਈਲ ਕਰ ਸਕਦੇ ਹੋ. ਉਹਦੇ ਲਈ ਤੁਹਾਨੂੰ ਅਟਰਨੀ ਰਮਨਦੀਪ ਹੋਰਾਂ ਨੂੰ, ਅਟਰਨੀ ਹਰਪ੍ਰੀਤ ਹੋਰਾਂ ਨਾਲ ਰਾਬਤਾ ਕਰਨਾ ਪਵੇਗਾ. ਤੁਸੀਂ ਜੇਕਰ ਕਿਸੇ ਵੀ ਸਟੇਟ ਦੇ ਵਿੱਚ ਰਹਿ ਰਹੇ ਹੋ, ਭਾਵੇਂ ਤੁਸੀਂ ਮਿਡਵੈਸਟ ਰਹਿ ਰਹੇ ਹੋ, ਵੈਸਟ ਕੋਸਟ ਰਹਿ ਰਹੇ ਹੋ, ਜਾਂ ਫਿਰ ਤੁਸੀਂ ਈਸਟ ਕੋਸਟ ਰਹਿ ਰਹੇ ਹੋ, ਯੂ ਕੈਨ ਸਟਿਲ ਟੇਕ ਐਡਵਾਈਸ ਫਰੋਮ ਦੈਮ, ਫਰੋਮ ਸਿੰਘ ਐਂਡ ਸਿੰਘ ਲਾਅ ਟੀਮ, ਐਂਡ ਔਨ ਟੋਪ ਆਫ ਦੈਟ ਯੂ ਕੈਨ ਆਲਸੋ ਆਸਕ ਦੈਮ ਐਨੀ ਕਾਇੰਡ ਆਫ ਯੋਰ ਲੀਗਲ ਮੈਟਰ, ਭਾਵੇਂ ਤੁਹਾਡਾ ਇਮੀਗ੍ਰੇਸ਼ਨ ਦਾ ਮਸਲਾ ਹੈ, ਤੁਹਾਡਾ ਰੀਅਲ ਇਸਟੇਟ ਟ੍ਰਾਂਜੈਕਸ਼ਨ ਦਾ ਮਸਲਾ ਹੈ, ਭਾਵੇਂ ਕਾਰਪੋਰੇਟ ਲੋਅ ਹੈ, ਭਾਵੇਂ ਤੁਹਾਡਾ ਕੋਈ ਕ੍ਰਿਮੀਨਲ ਕੇਸ ਹੈ, ਸਾਰੀ ਜਿਹੜੇ ਲੀਗਲ ਮੈਟਰਸ ਨੇ ਇੱਕ ਸ਼ਬਦ ਦੇ ਥੱਲੇ
सिंह एंड सिंह लॉ पी एल एल सी जी है वो तो प्रोवाइड करती है वो 9294605070 जो टीवी स्क्रीन पर नंबर चल रहा है इस नंबर के उसे कॉल करके जोड़ा है रबता कर सकते हो। हुण असी चलते हैं जी अपने नेक्स्ट सवाल के वल सा जो नेक्स्ट व्यूअर ने दे वॉन्ट टू नो इफ द एम्बेसी इन इंडिया इज ओपन फॉर इंटरव्यू। हाँ जी जी बॉम्बे की एम्बसी आ खुली आ पर ओनली सर्टन कैटेगोरीज हजे इंटरव्यू कर रहे हैं बेसिकली के वीज़ा जो फियांसे वीज़े ते स्पाउसल वीज़ा बाकी कैटेगोरी जिदा ब्रदर सिस्टर पेरेंट्स हजे ओले डिले आ दे नॉट बीइंग स्केड्यूल्ड फॉर अपॉइंटमेंट। राइट सो तुसी थोड़ी जी वेट करो जिहड़ा हैगा थोड़ा टाइम लगेगा पर हो सकता है कि जिहड़ी इंडियन एम्बेसीज ने वो भी खुल सकदियां ने फिर तुसी अपने रिलेटिव्स नू अपने फैमिली फ्रेंड्स नू जिहड़ा हैगा बुला सकदे हो। फिलहाल एक ब्रेक लिए इत्थे रुकेंगे और जब ब्रेक तो बाद वापस आवेंगे असी दो तीन सवाल साढ़े होर ने साढ़े व्यूअर्स दे वो भी लवेंगे और जानने की कोशिश करेंगे कि किवें तुसी अपने लीगल मैटर्स नू सॉल्व कर सकते हो विद दिस प्रोफेसनल टीम हेयर इन न्यूयॉर्क बट दे गिव नेशन वाइज सर्विसेज जिवें मैं तुहानू दस रहा वैदर यू लिविंग इन मिडवेस्ट even you are living in west coast or you are in east coast you can still take their services you just have to call 9294605070 milte hain nikke je waqfe to baad break to baad swagat hai sade sare darshakan da assi hun next sawal jada hai ga oh vi le lene hain sade ek viewer jehde ne oh janna chahnde ne ki when can a party get a deposit back if a deal doesn't go through what are the options when it's a commercial real estate transaction so usually jada hunda va deposit basically contract de vich clause hunda va jada deal karda va under which conditions you can get it back but a lot of or most transactions vich ek escrow agent hunda va jada neutral third party hundi hai jada deposit nu hold karda va and so usually contract de vich ja ek or document hunda va jide vich release conditions likhe hunde ya and let's say that a deal doesn't go forward for some reason a lot of times jada escrow agent aa unne mutual release mangni ya basically dohan parties nu agree karna pena va ke deposit release ho juga and sirf us time you escrow agent jada va tada deposit release karuga wapas so you know contract de vich usually clause hunda va correct Gurpreet Singh hora ne sawal puchhe ji what kind of due diligence should a party do before closing on a commercial deal haan ji commercial jehdi deal hundi hai usually it's a big investment usually more than a residential deal so kafi step hunde hai number 1 make sure karna hunda ki jehde thoda title la oh clear hai koi liens nahi hage ode against no open permits ਕੋਈ ਵਾਇਲੇਸ਼ਨ ਟਾਊਨਸ਼ਿਪ ਦੇ ਦੂਜਾ ਮੇਕ ਸ਼ੋਰ ਕਰਨਾ ਕਿ ਜਿਹੜੀ ਇਨਵਾਇਰਮੈਂਟਲ ਕੰਡੀਸ਼ਨ ਆ ਪ੍ਰੋਪਰਟੀ ਦੀ ਉਹ ਕਲੀਅਰ ਆ ਬੇਸਿਕਲੀ ਉਹਲੇ ਇੱਕ ਟੈਸਟ ਹੁੰਦਾ ਫੇਜ਼ 1 ਜਿਹੜੀ ਇਨਵਾਇਰਮੈਂਟਲ ਕੰਪਨੀਆਂ ਕਰਦੀਆਂ ਹੁੰਦੀਆਂ ਉਹ ਮੇਕ ਸ਼ੋਰ ਕਰਨਾ ਦੂਜਾ ਸਰਵੇ ਲੈਣਾ ਪ੍ਰੋਪਰਟੀ ਦਾ ਮੇਕ ਸ਼ੋਰ ਕਰਨਾ ਕਿ ਤੁਹਾਨੂੰ ਪਤਾ ਕਿ ਤੁਸੀਂ ਕੀ ਬਾਏ ਕਰ ਰਹੇ ਹਾਂ ਕਿੰਨੀ ਲੈਂਡ ਬਾਏ ਕਰ ਰਹੇ ਹਾਂ ਅਤੇ ਲਾਸਟਲੀ ਕਮਰਸ਼ਲ ਪ੍ਰੋਪਰਟੀ ਨਾਲ ਯੂਜਲੀ ਲੀਸਿਸ ਐਸੋਸੀਏਟਿਡ ਹੁੰਦੇ ਆ ਉਹ ਲੀਸਾਂ ਨੂੰ ਤੁਸੀਂ ਰਿਵਿਊ ਕਰਨਾ ਦੇਖਣਾ ਕਿੰਨੀ ਲੈਂਥ ਆ ਮੇਕਿੰਗ ਸ਼ੋਰ ਦ ਟੈਨੈਂਟਸ ਆਰ ਪੇਇੰਗ ਸਰਟੀਫਾਈਡ ਰੈਂਟਲ ਲੈਣਾ ਬਿਕਾਜ਼ ਆਫ ਦ ਅਮਾਊਂਟ ਆਫ ਇਨਵੈਸਟਮੈਂਟ ਯੂ ਨੋ ਕਮਰਸ਼ੀਅਲ ਥੋੜ੍ਹਾ ਜ਼ਿਆਦਾ ਡੀਟੇਲ ਹੁੰਦਾ ਰੈਜ਼ੀਡੈਂਸ਼ੀਅਲ ਨਾਲ ਅਤੇ ਮੇਕ ਸ਼ੋਰ ਕਰਨਾ ਪੈਂਦਾ ਕਿ ਤੁਸੀਂ ਪੂਰਾ ਆਪਣਾ ਡਿਊ ਡਿਲੀਜੈਂਸ ਕਰ ਰਹੇ ਹਾਂ ਕੋਈ ਪ੍ਰੋਪਰਟੀ ਬਾਏ ਕਰਨ ਤੋਂ ਪਹਿਲਾਂ ਰਾਈਟ ਜਾਂਦੇ ਜਾਂਦੇ ਕਿ ਅਖੀਰਲਾ ਸਵਾਲ ਜਿਹੜਾ ਹੈਗਾ ਸਾਡੇ ਵਿਊਅਰ ਵੱਲੋਂ ਕਾਫੀ ਸਾਰੇ ਈਮੇਲ ਜਿਹੜੀਆਂ ਉਹ ਆਉਂਦੀਆਂ ਉਹ ਪੁੱਛਣਾ ਚਾਹੁੰਦੇ ਕਿ ਅਟਰਨੀ ਰਮਨਦੀਪ ਅਟਰਨੀ ਹਰਪ੍ਰੀਤ ਸਾਨੂੰ ਦੱਸੋ ਵਟ ਆਰ ਦ ਸਟੈਪਸ ਟੂ ਬਾਇੰਗ ਅ ਹਾਊਸ ਇਹ ਲੀਗਲ ਐਡਵਾਈਸ ਜ਼ਰੂਰ ਚਾਹੁੰਦੇ ਹਨ ਸਾਡੇ ਦਰਸ਼ਕ ਜੀ ਸੋ ਮੈਂ ਥੋੜ੍ਹਾ ਜਨਰਲ ਬ੍ਰੇਕ ਡਾਊਨ ਦੇ ਦਿੰਦਾ ਵਾਂ ਜਿਹੜੇ ਸਟੈਪਸ ਆ ਇਨ ਜਨਰਲ ਬੇਸਿਕਲੀ ਫਰਸਟ ਸਟੈਪ ਇਜ਼ ਫਾਈਂਡਿੰਗ ਅ ਹਾਊਸ ਰਾਈਟ ਹਾਊਸ ਦੈਟ ਯੂ ਲਾਈਕ ਉਹਦੇ ਤੋਂ ਬਾਅਦ ਤੁਸੀਂ ਯੂਜਲੀ ਏਜੰਟ ਦੇ ਥਰੂ ਆਪਣੇ ਆਫਰ ਕਰਦੇ ਹੋ ਵਿਚਐਵਰ ਪ੍ਰਾਈਸ ਤੁਸੀਂ ਕੰਫਰਟੇਬਲ ਹੋ ਜਿਹਦੇ ਨਾਲ ਅਗਰ ਤੁਹਾਡਾ ਆਫਰ ਐਕਸੈਪਟ ਹੋ ਜਾਂਦਾ ਹੈ ਦੈਨ ਯੂਜਲੀ ਯੂ ਪੇ ਦ ਡਿਪਾਜ਼ਿਟ ਐਂਡ ਯੂ ਸਟਾਰਟ ਟੂ ਵਰਕ ਔਨ ਦ ਕੰਟਰੈਕਟ ਐਂਡ ਦੈਟਸ ਵੇਅਰ ਜਨਰਲੀ ਜਿਹੜੇ ਲੋਇਰਸ ਇਨਵੋਲਵਡ ਹੋ ਜਾਂਦੇ ਆ ਤੁਹਾਡੇ
ਉਹਨਾਂ ਨੇ ਕੰਟਰੈਕਟ ਨੂੰ ਰਿਵਿਊ ਕਰਨਾ ਵਾ ਤੁਸੀਂ ਫਿਰ ਆਪਣੀ ਡਿਊ ਡਿਲੀਜੈਂਸ ਕਰਦੇ ਹੋ ਟਾਈਟਲ ਸਰਚ ਕਰਦੇ ਹੋ ਸੋ ਯੂ ਨੋ ਇਹ ਬਹੁਤ ਜ਼ਰੂਰੀ ਸਟੈਪ ਹੈ ਜਿਹੜਾ ਕਿਸੇ ਪ੍ਰੋਫੈਸ਼ਨਲ ਨਾਲ ਤੁਸੀਂ ਕੰਮ ਕਰੋ ਕਿਸੇ ਲੋਇਰ ਨਾਲ ਤੁਹਾਡਾ ਕੰਟਰੈਕਟ ਦੇ ਵਿੱਚ ਤੁਹਾਡੇ ਫੇਵਰੇਬਲ ਕਲੋਜ਼ਸ ਹੋਣੇ ਚਾਹੀਦੇ ਆ ਐਂਡ ਦੈਨ ਫਾਈਨਲ ਸਟੈਪ ਇਜ਼ ਐਵਰੀਥਿੰਗ ਇਜ਼ ਗੁੱਡ ਤੁਹਾਨੂੰ ਫਾਈਨੈਂਸਿੰਗ ਮਿਲ ਜਾਂਦੀ ਹੈ ਅਗਰ ਤੁਸੀਂ ਬੈਂਕ ਦੇ ਥਰੂ ਜਾ ਰਹੇ ਹੋ ਦੈਨ ਦ ਫਾਈਨਲ ਸਟੈਪ ਆ ਕਲੋਜ਼ਿੰਗ ਜਿਹੜੀ ਆ ਐਂਡ ਦੈਨ ਦੈਟਸ ਇਟ ਬਿਲਕੁਲ ਸੇ ਜੇਕਰ ਤੁਸੀਂ ਹਜੇ ਤੱਕ ਆਪਣੇ ਅਟਰਨੀ ਬਾਰੇ ਨਹੀਂ ਤੁਹਾਨੂੰ ਪਤਾ ਕਿ ਮੈਂ ਘਰ ਤਾਂ ਲੈਣਾ ਪਰ ਮੈਂ ਅਟਰਨੀ ਕਿਹੜਾ ਹਾਇਰ ਕਰਾਂ ਦਿਸ ਇਜ਼ ਅ ਰਾਈਟ ਟੀਮ ਟੂ ਹਾਇਰ ਯੋਰ ਫੋਰ ਯੋਰ ਰੀਅਲ ਇਸਟੇਟ ਟ੍ਰਾਂਜੈਕਸ਼ਨ ਐਂਡ ਆਲਸੋ ਇਫ ਯੂ ਲੁਕਿੰਗ ਫੋਰ ਐਨੀ ਕਾਇੰਡ ਆਫ ਕਮਰਸ਼ੀਅਲ ਕਮਰਸ਼ੀਅਲ ਰੀਅਲ ਇਸਟੇਟ ਟ੍ਰਾਂਜੈਕਸ਼ਨ ਸੋ ਯੂ ਕੈਨ ਹਾਇਰ ਸਿੰਘ ਐਂਡ ਸਿੰਘ ਲਾਅ ਟੀਮ ਅਟਰਨੀ ਹਰਪ੍ਰੀਤ ਅਟਰਨੀ ਰਮਨਦੀਪ ਥੈਂਕ ਯੂ ਸੋ ਮਚ ਅਟਰਨੀ ਹਰਪ੍ਰੀਤ ਅਟਰਨੀ ਰਮਨਦੀਪ ਫੋਰ ਜੁਆਇਨਿੰਗ ਅਸ ਐਂਡ ਇਹ ਐਡਵਾਈਸ ਦੇਣ ਲਈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ Yeah, basically, koi bhi real estate matter, New York, New Jersey, koi bhi immigration matter nationally, assi thodi, you know, help kar sakde hain. You know, our main thing is to help the community as best as possible. Bilkul. Yeah, so kafi actually interesting time chal raha hai with jede bill di apa gal kar rahe sige. Very fast developments ho rahe hai ode vich. And I think end of the month tak pata chal juga ke bill agge vaduga ke nahi so we definitely un monitor kar rahe hain kyunki kafi ode vich immigration related jide matters are so correct so 9294605070 te call karke tusi apni koi bhi legal matter jehda hai di advice le sakde ho thank you so much attorney ramandeep thank you so much attorney harpreet for joining us and aisi ki legal matters with singh and singh law plc milange next thursday ਇਸ ਤੋਂ ਪਹਿਲਾਂ ਅਗਰ ਤੁਹਾਨੂੰ ਹਜੇ ਤੱਕ ਤੁਹਾਡੇ ਸਵਾਲਾਂ ਦੇ ਜਵਾਬ ਇੱਥੇ ਨਹੀਂ ਮਿਲੇ ਤੁਸੀਂ ਕਾਲ ਕਰ ਸਕਦੇ ਹੋ ਔਰ ਆਪਣੀ ਐਡਵਾਈਸ ਲੈ ਸਕਦੇ ਹੋ ਮੈਂ ਸੀਗਾ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਧੰਨਵਾਦ ਸਤਿ ਸ੍ਰੀ ਅਕਾਲ